ਅਕਸਰ ਹੀ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਨਾਪਾਕ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਦੇ ਬਾਜਰੇਰੀਆ ਕਲਾਨੌਰ ਤੋਂ, ਜਿੱਥੇ ਇੱਕ ਟੈਕਸੀ ਡਰਾਈਵਰ ਨੂੰ ਪਾਕਿਸਤਾਨ ਤੋਂ ਉੱਡ ਕੇ ਆਇਆ ਹਰੇ ਰੰਗ ਦਾ ਗੁਬਾਰਾ ਮਿਲਿਆ, ਜਿਸ ਤੇ ਉਰਦੂ ਵਿੱਚ ਜਸ਼ਨ ਏ ਆਜ਼ਾਦੀ ਲਿਖਿਆ ਹੋਇਆ ਸੀ। ਡਰਾਈਵਰ ਭਜਨ ਸਿੰਘ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੇ ਪੁਲਿਸ ਅਧਿਕਾਰੀ ਰਾਜਵੀਰ ਸਿੰਘ ਦਾ ਕਹਿਣਾ ਹੈ ਕਿ ਛਾਣਬੀਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਪਰ ਮੈਂ ਨਾ ਇਦਾਂ ਮਤਲਬ ਘਰ ਨੂੰ ਵਾਪਸੀ ਜਾ ਰਿਹਾ ਸੀ ਤੇ ਉੱਡਦਾ ਪਿਆ ਸੀ ਤੇ ਮੈਂ ਫੜ ਕੇ ਤੇ ਗੱਡੀ 'ਚ ਰੱਖ ਲਿਆ ਤੇ ਰਾਤੀ ਤਾਂ ਮੈਂ ਦੇਖਿਆ ਨਹੀਂ, ਪੜਿਆ ਪੁੜਿਆ ਨਹੀਂ ਹੈਗਾ ਤੇ ਸਵੇਰੇ ਦੇਖਿਆ ਗੱਡੀ 'ਚੋਂ ਕੱਢਿਆ ਤੇ ਉਰਦੂ 'ਚ ਲਿਖਿਆ ਸੀ ਤੇ ਪੁਲਿਸ ਵਾਲਿਆਂ ਨੇ ਮੈਂ ਹਵਾਲੇ ਕਰ ਦਿੱਤਾ। 7:45 ਦਾ ਸੀ ਸ਼ਾਮ ਰਾਤ ਦਾ, ਕੋਈ 8 ਕੁ ਟਾਈਮ ਹੈਗਾ ਸਵੇਰੇ ਦਾ ਜੋ ਦੇਖਿਆ। ਕੀ ਲਿਖਿਆ ਸਾਨੂੰ ਨਹੀਂ ਜੀ ਪਤਾ ਕੀ ਲਿਖਿਆ, ਸੁਣ 'ਚ ਹੁਣੇ ਦੱਸ ਰਿਹਾ ਮਤਲਬ ਕੋਈ ਗੁਬਾਰਾ ਮਿਲਿਆ ਹੈਗਾ ਜਿਹਦੇ ਉੱਤੇ ਉਰਦੂ 'ਚ ਜਸ਼ਨ ਏ ਆਜ਼ਾਦੀ ਲਿਖਿਆ। ਬਸ ਨਾ ਸਾਡੇ ਨਾ ਹੈਂਡਓਵਰ ਨਾ ਸਾਨੂੰ ਕੋਈ ਲਿਖਤੀ ਤਰ੍ਹਾਂ ਆਈ ਹੈ ਨਾ ਕੋਈ ਥਾਣੇ ਆਣ ਕੇ ਦੱਸਿਆ ਗਿਆ। ਹਾਂ ਚਲੋ ਜਾਂਚ ਕਰ, ਜਾਂਚ ਕੋਈ ਸਾਡੇ ਕੋਲ ਆਏਗਾ ਫਿਰ ਹੀ ਕਰਾਂਗੇ। ਫਿਲਹਾਲ ਪਾਕਿਸਤਾਨ ਇਸ ਗੁਬਾਰੇ ਰਾਹੀਂ ਭਾਰਤ ਵਿੱਚ ਲੁਕੇ ਅੱਤਵਾਦੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਹੈ, ਇਹ ਹਾਲੇ ਇੱਕ ਰਾਜ਼ ਬਣਿਆ ਹੋਇਆ ਹੈ। ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ, ਖਬਰ ਹਰਪਨ ਇੰਡੀਆ ਲਈ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਨ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ, ਜੋ ਅਦਾਰੇ ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋਣ। ਸੋ ਦੇਰ ਨਾ ਕਰੋ ਤੇ ਹੁਣੇ ਸੰਪਰਕ ਕਰੋ 9988-6545-47 ਤੇ, ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia.com।